ਬੈਕਗ੍ਰਾਉਂਡ ਦੇਖੀ ਆਈ ਦੇਖੀ ਆ, ਉਦਾਂ ਪਤਾ ਨਹੀਂ ਨਾ ਕਿ ਮੇਰੇ ਕਮਰੇ 'ਚ ਕੀ ਕਿੱਥੇ ਪਿਆ। ਲਾਈਕ ਤੁਸੀਂ ਜਦੋਂ ਵਲੌਗ ਬਣਾਉਂਦੇ ਹੋ ਤੁਸੀਂ A to Z ਦੱਸ ਦਿੰਦੇ ਹੋ, ਉੱਥੇ ਤੁਹਾਡੀ ਪ੍ਰਾਈਵੇਸੀ ਖਤਮ ਹੋ ਜਾਂਦੀ ਹੈ। ਉਹ ਤਾਂ ਗੱਲ ਯਾਰ ਹੈਗੀ ਆ ਪਤਾ ਹਨਾ, ਕੀ ਆਪਾਂ ਆ, ਤਾਂ ਗੱਲ ਕੀ ਆ, ਆਪਾਂ ਜਦੋਂ ਚੱਲਦੇ ਆ ਨਾ, ਆਪਾਂ ਚੀਜ਼ ਚੱਲਦੇ ਆ, ਆਪਾਂ ਸੋਚ ਕੇ ਅੱਗੇ ਦੀ। ਯੂਟਿਊਬ ਕਿਸੇ ਲਈ ਇਹ ਨਹੀਂ ਆ, ਮੈਂ ਨਹੀਂ ਕਹਿੰਦਾ ਕਿ ਤੂੰ ਵਲੌਗ ਨਾ ਬਣਾ ਜਾਂ ਕੁਛ ਨਾ ਕਰ, ਹਰ ਬੰਦੇ ਦਾ ਹੱਕ ਆ ਉਹ ਪੈਸਾ ਤਾਂ ਗੱਲ ਛਾਪਣਾ, ਠੀਕ ਆ। ਚੀਜ਼ ਕਰਨੀ, ਵਧੀਆ ਸਭ ਕੁਛ ਕਰਨਾ। ਬਟ ਅੱਜ ਜੇ ਤੂੰ ਰੋਏਂਗਾ ਬਹਿ ਕੇ ਜਾਂ ਦੱਸੂਗਾ ਕਿ ਮੈਂ ਦੁਖੀ ਆ, ਜਾਂ ਤੂੰ ਲੋਕਾਂ ਨੂੰ ਗਾਲਾਂ ਕੱਢੇਗਾ, ਲੋਕੀ ਤੈਨੂੰ ਕੱਢਣਗੇ, ਕਿਸੇ ਦਾ ਕੁਛ ਨਹੀਂ ਜਾਣਾ। ਉਹ ਤਾਂ ਗੱਲ ਇਨ ਦਾ ਐਂਡ ਜਦੋਂ ਤੂੰ 2 ਸਾਲ ਯਾਰ, ਬਾਅਦ ਆਪਣੀ ਚੀਜ਼ਾਂ ਦੇਖਣੀਆਂ ਨੇ ਕਿ ਤੂੰ ਇਹ ਕਰਦਾ ਪਿਆ ਸੀ, ਤੈਨੂੰ ਲੱਗਣਾ ਕਿ ਨਹੀਂ ਯਾਰ ਮੈਂ ਕਿਹੜੀਆਂ ਘੂਸੀਆਂ ਭਰਨ ਡਿਆ ਸੀ ਬਸ। ਉਹ ਤਾਂ ਗੱਲ ਸਹੀ ਗੁਰੂ ਜੀ, ਪਤਾ ਗੱਲ ਕੀ ਹੁੰਦੀ ਆ, ਪਤਾ ਉਹ ਚੁੱਪ ਕਰੇ ਜਿਹਦੇ ਤੇ, ਪਤਾ ਗੱਲ ਕੀ ਆ, ਹਰ ਇੱਕ ਦਾ ਨਾ ਆਪਣਾ ਆਪਣਾ ਮਾਈਂਡ ਆ। ਹੁਣ ਹੁਣ ਕਈ ਹੁੰਦੇ ਆ, ਮੈਂ ਕਹਿੰਦਾ ਵੇਖੋ ਕਈ ਹੁੰਦੇ ਆ, ਕਈ ਕਹਿੰਦੇ ਯਾਰ ਸਾਡੇ ਪਰ ਗੋਲੀ ਮਾਰ ਚਲ ਗਈ, ਇਹ ਆ ਵੋ ਆ, ਆਪਣਾ ਆਪਣਾ ਸਿਸਟਮ, ਆਪਣਾ ਆਪਣਾ ਹਿਸਾਬ ਆ, ਆਪਣਾ ਆਪਣਾ ਦਿਮਾਗ ਆ। ਏਦਾਂ ਨਹੀਂ ਜਾਂਦੀ ਭਰਾ, ਕਿਤੇ ਕਿਤੇ ਨਹੀਂ ਕੋਈ ਜਾਂਦਾ। ਇੱਕ ਮਿੰਟ, ਇਹ ਬਸ ਆਪਣੀ ਸੋਚਣੀ ਆ। ਤੂੰ ਮੇਰੀ ਗੱਲ ਸੁਣ ਯਾਰ, ਜਦੋਂ ਤੂੰ ਤੇਰੀ ਤੇਰੀ ਮੰਗਣੀ ਹੋਈ ਸੀ, ਕੀ ਹੋਇਆ ਸੀ? ਰੋਕਾ ਰੋਕਾ ਹੈਗਾ, ਜੋ ਤੇਰਾ ਰੋਕਾ ਹੈਗਾ, ਤੂੰ ਤੂੰ ਸੱਦਿਆ ਹੈਗਾ ਉਦੋਂ ਜਾਂ ਪੁੱਛਿਆ ਹੈਗਾ ਕਿ ਹਾਂ ਆ ਜਾ? ਨਹੀਂ ਨਾ, ਕਿੱਦਾਂ? ਜਦੋਂ ਤੇਰਾ ਰੋਕਾ ਆਇਆ ਸੀਗਾ ਤੂੰ ਉਦੋਂ ਪੁੱਛਿਆ ਸੀ ਲੋਕਾਂ ਕੋ ਕਿ ਮੈਂ ਰੋਕਾ ਕਰਾ ਲਵਾਂ? ਰੋਕਾ ਯਾਰ, ਹੁਣ ਮੈਂ ਪਬਲਿਕ ਚ ਕੀ ਸ਼ੇਅਰ ਆਪਣੇ ਘਰ ਕਰ ਦਾ ਤੂੰ ਸਕਦਾ? ਪੁੱਛਿਆ ਆਪਣੇ ਹਾਂ ਘਰ ਦੇ ਹਾਂ ਲੋਕਾਂ ਸੇ, ਕਿ ਹੈ ਨਾ ਇਹੀ ਹੈ ਨਾ ਸਭ ਕੁਛ, ਸਭ ਦੀ ਤੇ ਰਜਾ ਅੱਜ ਮੰਗੀ ਜਦੋਂ ਹੋਵੇਗੀ। ਅੱਜ ਜਦੋਂ ਛੱਡ ਗਈ ਆ ਤੇ ਉਦੋਂ ਕੇ ਲੋਕਾਂ ਨੂੰ ਗੁਰੂ ਦੱਸਣਾ ਜੀ ਨਹੀਂ ਮੇਰੀ ਗਿਆ? ਗੱਲ ਸੁਣੋ, ਲੋਕਾਂ ਨੇ ਨਾ, ਮੈਂ ਦੱਸਦਾ ਹੁਣ, ਚਲੋ ਚੱਲ ਤੂੰ ਦੱਸ ਦੇ, ਲੋਕ ਗਵਾਹ ਨੇ, ਰੀਲਾਂ ਗਵਾਹ ਨੇ, A to Z ਗਵਾਹ ਵਾ, ਕਿੰਨੇ ਕੋਣ ਕਿਹਦੇ ਸਿਰ? ਮੈਂ ਕਹਿੰਦਾ, ਮੈਂ ਆਪਣੀ ਭੈਣ ਸਿਰੋਂ ਚੱਲਿਆ, ਮੈਂ ਕਹਿੰਦਾ ਠੀਕ ਹੈ, ਮੈਂ ਕਹਿੰਦਾ ਸੱਚ ਆ ਉਸ ਤੋਂ ਹਾਂ। ਬਾਅਦ ਮੈਂ ਇਕੱਲਾ ਚੱਲਿਆ, ਉਸ ਤੋਂ ਬਾਅਦ ਉਹਦੇ ਸਿਰੋਂ ਚੱਲਿਆ, ਠੀਕ ਹੈ। ਬਟ ਅਗਲਾ ਬੰਦਾ ਵੀ ਕਵੇ, ਅਗਲਾ ਬੰਦਾ ਵੀ ਕਵੇ ਕਿ ਮੈਂ ਕਿਸੇ ਦੇ ਚੱਲਿਆ, ਉਹ ਬੰਦਾ ਵਲੋਗ ਚ ਕਹਿੰਦਾ ਪਿਆ ਵਾ ਕਿ ਮੈਂ ਆਪਣੇ ਦਮ ਤੇ ਚੱਲਿਆ। ਯਾਰ ਉਹ ਤਾਂ ਸਾਰਿਆਂ ਨੂੰ ਚਾਹੀਦਾ, ਹਾਂ ਉਹਦੀ ਗੱਲ ਨਹੀਂ ਕਰ, ਉਹ ਐਕਸ ਪਾਰਟੀ ਉਹਨੂੰ ਛੱਡ। ਮੇਰੇ ਨਾਲ ਹੁਣ ਕੌਣ ਬੈਠਾ? ਤੇਰੇ ਯਾਰ ਦੋਸਤ ਬੈਠੇ ਨਾ, ਕੋਈ ਹੋਰ ਤਾਂ ਨਹੀਂ ਬੈਠਾ, ਓਕੇ। ਕੋਈ ਪਰ ਹੋਰ ਤਾਂ ਨਹੀਂ ਐਂਡ ਤੇ ਬੈਠਾ? ਨਾ, ਹਾਂ, ਇੰਨਾ ਸਬਕ ਮਿਲ ਗਿਆ ਵਾ ਸੋ ਬਾਬੇ ਜੀ, ਹਾਂ ਇੰਨਾ ਸਬਕ ਮਿਲ ਗਿਆ ਵਾ, ਹਾਂ। ਐਂਡ ਤੇ ਸਿਰਫ ਸਿਰਫ ਘਰ ਦੇ ਖੜਦੇ ਆ, ਇੰਨਾ ਸਬਕ ਮਿਲ ਗਿਆ। ਇਹ ਤਾਂ ਪਤਾ ਹੀ ਹੈ ਭਰਾ, ਇਹ ਉਦਾਂ ਤੁਹਾਨੂੰ ਲੱਗਦਾ, ਦੇਖ ਤੈਨੂੰ ਕੀ ਲੱਗਦਾ ਕਿ ਰੋਸਟ, ਜੇ ਤੂੰ ਕਹਿੰਦਾ ਕਿ ਹਾਂ ਰੋਸਟ ਕਰਦੇ ਆ ਇਹ ਵੋ, ਇਟਸ ਨਾਟ ਅ ਈਜ਼ੀ ਜੋਬ ਕਿ ਆਪਾਂ ਬੈਠੇ ਆ ਕਰ ਦਈਏ ਸਿੰਪਲ ਜੀ ਚੀਜ਼। ਨਹੀਂ ਨਹੀਂ ਮੇਰਾ ਗੁਰੂ ਕੋਈ ਜੀ, ਪਤਾ ਗੱਲ ਕੀ, ਮੇਰਾ ਮੇਰੀ ਕੋਈ ਗੱਲ ਕਿਆ ਫਾਇਦਾ ਨਹੀਂ ਹੈਗਾ, ਮੇਰਾ ਕੋਈ ਨੁਕਸਾਨ ਨਹੀਂ ਹੈਗਾ, ਮੈਨੂੰ ਤੂੰ ਕੰਟੈਂਟ ਦਿੱਤਾ, ਮੈਂ ਕੰਟੈਂਟ ਉਹ ਬਣਾਇਆ, ਹਨਾ। ਓਏ ਪਤਾ ਮੈਂ ਤਾਂ ਗੱਲ ਉਹੀ ਗੱਲ ਕਿਆ, ਦੱਸਦਾ ਫਿਰ ਤੈਨੂੰ, ਮੈਂ ਉਹੀ ਗੱਲ ਦੱਸਦਾ ਫਿਰ, ਆਪਣੀ ਉਮੀਦਾਂ ਜਾਂ ਆਪਣੀ ਚੀਜ਼ਾਂ ਤਾਂ ਤਗੜੀਆਂ ਰੱਖੋ ਕਿ ਜੇ ਸਾਨੂੰ ਪਤਾ ਕਿ ਹਾਂ ਨਹੀਂ ਅਸੀਂ ਇੰਨੇ ਜੋਗੇ ਹੈਗੇ ਕਿ ਸਹਿ ਲਈਏ ਜਾਂ ਕਰੀਏ। ਤੂੰ ਅੱਜ ਲੋਕਾਂ ਮੂਹਰੇ ਰੋਲੂਗਾ, ਲੋਕਾਂ ਮੂਹਰੇ ਤੂੰ ਕਹਿ ਲੂਗਾ ਕਿ ਇੱਦਾਂ ਹੋ ਗਿਆ, ਉੱਦਾਂ ਹੋ ਗਿਆ, ਕੱਲ ਨੂੰ ਜਦੋਂ ਤੇਰੀ ਫਿਊਚਰ ਚ ਕੋਈ ਹੋਰ ਆਣੀ ਨਾ, ਤੂੰ ਕਹਿਣਾ ਕਿ ਉਹਨੇ ਕਹਿਣਾ ਯਾਰ ਇਹ ਤਾਂ ਪਹਿਲਾਂ ਇੱਦਾਂ ਸੀ, ਅਜ਼ੀਮ ਠਾਰੂ ਦੇ ਲਾ ਕੀ ਆ, ਤੇ ਤੋਂ ਵੱਡਾ ਬਲੌਗਰ ਆ ਜਾਂ ਕੁਛ ਵੀ, ਕੀ ਕਹਿੰਦਾ ਬਚੇਗਾ ਤੂੰ? ਹੁਣ ਨਾ, ਹੁਣ ਹੁਣ ਜਿੱਥੋਂ ਤੱਕ ਮੇਰਾ ਸਿਸਟਮ ਚੱਲ ਗਿਆ, ਮੈਨੂੰ ਪਤਾ ਜਿਸ ਤੱਕ ਹੁਣ ਚੱਲ ਗਿਆ, ਹੁਣ ਰੱਬ ਦੀ ਸੋਹ ਲੱਗੇ, ਮਰਦਾ ਮਰ ਜੂਗਾ ਜ਼ਿੰਦਗੀ ਚ, ਜੇ ਵਿਆਹ ਹੋਊਗਾ ਨਾ ਜ਼ਿੰਦਗੀ ਚ, ਜਦੋਂ ਵੀ ਹੋਊਗਾ ਅਰੇਂਜ ਹੀ ਹੋਊਗਾ, ਹੁਣ ਲਵ ਨਹੀਂ ਹੋਊਗਾ। ਘੰਟਾ ਮੇਰਾ ਭੈਣ ਚੋ ਮਹੀਨੇ ਬਾਅਦ ਤੂੰ ਫੇਰ ਹਾਂ ਕਿਤੇ ਘੁੰਮਣ ਆ ਗਈ, ਹਾਂ ਮੈਨੂੰ ਨਾ, ਮੈਂ ਹੁਣ ਪਬਲਿਕ ਚ ਕੀ ਚੱਲ, ਉਹ ਸਟਾਰ ਪ੍ਰਾਈਵੇਟ ਪਰਸਨਲੀ ਗੱਲ ਐਡ ਕਰ ਲਾਂਗੇ, ਟੀਵੀ ਤੇ, ਬੰਦੇ ਦੀ ਐਡ ਸ਼ੋਅ ਕਰ ਆਉਂਦੀ ਲਾਂਗੇ। ਟੀਵੀ ਤੇ ਮੈਨ ਵਿਲ ਬੀ ਮੈਨ, ਉਹ ਹੈਗੀ ਆ ਬੰਦਾ, ਐਡ ਆਉਂਦੀ ਟੀਵੀ ਤੇ ਇੱਕ ਮੈਨ ਵਿਲ ਬੀ ਮੈਨ, ਠੀਕ ਆ। ਬੰਦਾ ਬੁੱਢਾ ਹੋ ਜਾਵੇ ਜਾਂ ਜੋ ਮਰਜ਼ੀ ਹੋਵੇ, ਬੰਦੇ ਦਾ ਨਿਗਾਹ, ਬੰਦੇ ਦਾ ਦਿਮਾਗ ਓਦਾਂ ਦੇ ਰਹਿੰਦਾ ਆ, ਬੰਦਾ ਪਿਆਰ ਦੇ ਰਿਹਾ, ਠੀਕ ਆ। ਉਹ ਤਾਂ ਗੱਲ ਹੈ, ਇਹ ਨਾਲ ਤੇ ਬਾਅਦ ਚ ਬੰਦਾ ਗੱਲਾਂ ਕਰਨੀਆਂ ਵੀ ਕਿਉਂ? ਹੁਣ ਦੀਆਂ ਗੱਲਾਂ ਦੇਖ, ਤੂੰ ਹੁਣ ਦੀਆਂ ਗੱਲਾਂ ਸੁਧਾਰ, ਤੂੰ ਵਧੀਆ ਚੀਜ਼ਾਂ ਪਾ, ਵਧੀਆ ਪੋਸਟ ਪਾ, ਤੂੰ ਭੈਣ ਪਾਈ ਇੰਨਾ ਇਹ ਉਹ, ਕਿਤੇ ਨੀ ਤੇਰੇ ਭੈਣ ਚ ਫਟ ਚੱਲੀ, ਕਿਤੇ ਨੀ ਪਾੜ ਗਈ ਕਿ ਭੈਣ ਚੋ ਨਹੀਂ ਮਰ ਗਏ ਇਹ ਉਹ, ਬਥੇਰੀ ਹੈਗੀ ਜ਼ਿੰਦਗੀ। ਫਾੜ ਦੀ ਫੋਟੋ ਤੇਰੀ ਉਮਰ ਗੱਲ ਕਿੰਨੀ ਹੈ? ਜਾਣਾ ਉਮਰ ਕਿੰਨੀ ਹੈ? ਹੈ ਉਮਰ ਕਿੰਨੀ ਹੈ?
ਉਮਰ ਦਾ ਕੀ, ਉਮਰ ਦਾ ਕੀ ਲੈਣਾ ਉਦਾਂ ਆਪਾਂ, ਦੱਸ ਤਾਂ ਸਹੀ ਮੈਂ ਜੀ, ਮੈਂ ਵੀਹ ਕਿਹੜਾ ਕੁਛ ਕਹਿਣ ਲੱਗਾ। 20 ਸਾਲ ਵੀਹ ਪਹਿਲੀ ਸਹੇਲੀ ਕਿੰਨੇ ਸਾਲਾਂ 'ਚ ਬਣੀ ਸੀ, ਕਿੰਨੀ ਉਮਰ ਸੀ ਉਦੋਂ? ਮੈਂ ਗੁਰੂ ਆ ਪ੍ਰੀ ਨਾਲ ਸਰੀਰ ਸੱਚਾ ਪਿਆਰ ਕੀਤਾ ਸੀ, ਮੇਰਾ ਸਾਲਾ ਹਾਂ ਤੇ ਸਿਸਟਮ ਨਹੀਂ ਬਣ ਪਾਇਆ, ਫਿਰ ਤੈਨੂੰ ਵਧੀਆ ਹੋਣ ਡਿਆ, ਫਿਰ ਤੈਨੂੰ ਮੇਰਾ ਵਧੀਆ ਮੇਰਾ ਹੋਣ ਡਿਆ, ਫਿਰ ਤਾਂ ਮੇਰਾ ਵਧੀਆ ਹੋਣ ਡਿਆ, ਸਿਸਟਮ ਨਹੀਂ ਬਣ ਪਾਇਆ, ਫਿਰ ਵਧੀਆ ਹੋਣ ਡਿਆ ਜੇ ਤੂੰ ਪ੍ਰੀ ਨਰਸਰੀ ਜੋ ਕਰਨ ਡਿਆ ਨਾ, ਨਹੀਂ ਫਿਰ ਤੂੰ ਨਹੀਂ ਫਿਰ ਤਾਂ ਕੀ ਫਰਕ ਹੈ? ਮੇਰਾ ਮੈਂ ਯਾਰ ਵੇ ਮੇਰਾ ਨਹੀਂ ਛੱਡ ਉਹ ਬਚਪਨਾ ਹੀ ਯਾਰ, ਉਹ ਗੋਲੀ ਮਾਰੋ ਹੋਣਾ ਸੱਚਾ ਪਿਆਰ, ਸੱਚੇ ਦੀ ਗੱਲ ਕਰਾਂ ਉਹ ਆਪਣਾ 8ਵੀਂ ਚ ਹੀ ਸੱਚਾ ਪਿਆਰ ਜਿਹੜਾ ਦਿਲੋਂ ਹੋਈ ਨਾ, ਅੱਠਵੀਂ ਚ ਸੱਚੇ ਸਾਰੇ ਰਹੇ ਨਾ ਆ ਭੈਣ ਉਹ ਚੋਦ, ਸਿਸਟਮ ਅੱਠਵੀਂ ਚ ਨਾ ਬਣ ਪਤਾ ਪਾਇਆ ਨਹੀਂ ਹੁੰਦਾ ਹੈਗਾ ਸਾਲਾ ਕੀ ਅੱਠਵੀਂ ਚ ਭੈਣ ਜੋ ਕਿ ਟੈਸਟ ਕਾਹਦਾ ਜਾਂ ਕਰਨਾ ਕੀ ਹੈ ਤੇ ਤੁਸੀਂ ਭੈਣ ਚੋ ਸੱਚਾ ਪਿਆਰ ਕਰੀ ਬੈਠੇ ਉਹ ਅੱਠਵੀਂ ਜਨਾਬ ਜੀ ਉਹ ਤੇ ਡਿਪੈਂਡ ਕਰਦਾ ਵਾ ਕੀ ਕਹਿੰਦੇ ਉਹਨੂੰ ਸਿਚੁਏਸ਼ਨ, ਸਿਚੁਏਸ਼ਨ ਤੇ ਡਿਪੈਂਡ ਕਰਦਾ ਵਾ ਉਹ ਅੱਗੇ ਅੱਗੇ ਜਾਗੇ ਨਾ, ਅੱਗੇ ਅੱਗੇ ਜਾ ਕੇ ਲੋਕਾਂ ਨੂੰ ਭੈਣ ਚ 12 ਸਾਲ ਚ ਪਿਆਰ ਹੋ ਜਾਣਾ ਬਹੁਤ ਜ਼ਿਆਦਾ, ਤੇ ਉਹ ਫੁੱਦੂ ਗੱਲ ਹੈ ਨਾ, ਤੁਸੀਂ ਇਨਸਪੀਰੇਸ਼ਨ ਦੇਣ ਦਿਓ ਓਏ ਮੇਰੀ ਉਹਨੇ ਕਿਹੜਾ ਜਾਣ। ਅੱਛਾ ਨਹੀਂ ਕੱਲ ਨੂੰ ਕੋਈ ਬੰਦਾ ਕਵੇ ਨਹੀਂ ਮਯੰਕ ਭਾਜੀ ਦਾ ਗਿਆ ਸੀ ਜੀ ਉੱਥੇ ਆਪਣੀ ਹੋਣ ਵਾਲੀ ਵੋਟੀ ਨਾਲ ਘੁੰਮਣ ਡਿਆ, ਮੈਂ ਵੀ ਆਪਣੇ ਡੈਡੀ ਮੈਂ ਵੀ ਰਹਿਣਾ, ਕਿੱਦਾਂ ਕੱਲ ਨੂੰ ਜਦੋਂ ਕੋਈ ਬੰਦੇ ਦਾ ਪਿਆਰ ਹੋ ਗਿਆ ਨਿੱਬੇ ਪੁਣੇ ਚ ਕੁਛ ਏਦਾਂ, ਨਿੱਬੇ ਤੋਂ ਫਰਕ ਤਾਂ ਨੀ, ਮੈਂ ਨਿੱਬਾ ਵਰਡ ਉੱਦਾਂ ਯੂਜ ਕਰਦਾ ਪਿਆ ਹੁਣ ਤੈਨੂੰ ਨੀ ਕਹਿਣ, ਤੇ ਉਹਦੇ ਵਿੱਚ ਜੇ ਕਹੂੰਗਾ ਕਿ ਹਾਂ ਕਿ ਨਹੀਂ ਮੈਂ ਮਯੰਕ ਦੇ ਵਲੌਗ ਦੇਖੇ ਜੀ ਮੈਂ ਵੀ ਇਕੱਠੇ ਰਹਿਣਾ ਆ, ਤੂੰ ਕਹਿ ਰਿਹਾ 12 ਸਾਲ ਵੀ ਹੋਏ ਨੇ ਅੱਗੇ ਤੋਂ, ਅੱਗੇ ਅਗਰ ਆਪਾਂ ਸ਼ੋਅ ਕਰਾਂਗੇ ਕਿ ਇਦਾਂ ਹੁੰਦਾ ਤਾਂ ਹੀ ਹੋਣੇ ਆ, ਹੁਣ ਜਿਸ ਚੀਜ਼ ਦਾ ਤੈਨੂੰ ਪਤਾ ਹੀ ਨਹੀਂ ਕਿ ਇਦਾਂ ਚੀਜ਼ ਹੁੰਦੀ ਆ ਤੇ ਉਦਾਂ ਕਿਉਂ ਹੋ ਜਾਊਗੀ, ਕਿਉਂ ਐਗਜ਼ਾਮਪਲ ਗਲਤ ਸੈੱਟ ਕਰਨੀ ਲੋਕਾਂ ਲਈ? ਲੋਕਾਂ ਪਤਾ ਗੱਲ ਕੀ ਆ, ਉਹ ਲੋਕਾਂ ਦਾ ਦਿਮਾਗ ਆ, ਲੋਕਾਂ ਨੇ ਕਿਹਨੂੰ ਵੇਖ ਕੇ ਫੋਲੋ ਕਰਨਾ ਉਹ ਲੋਕਾਂ ਦਾ ਦਿਮਾਗ ਆ, ਹੁਣ ਅਸੀਂ ਤਾਂ ਉੱਥੇ ਭੈਣ ਅੱਛਾ ਕੁਛ ਵੀ ਕਰੀ ਜਾਈਏ, ਮੇਰੀ ਗੱਲ ਸੁਣ, ਮੇਰੀ ਗੱਲ ਸੁਣ, ਲੋਕਾਂ ਦੇ ਦਿਮਾਗ, ਅੱਛਾ ਤੇਰੇ ਕਿੰਨੇ ਫਾਲੋਅਰ ਆ ਇੰਸਟਾਗ੍ਰਾਮ ਤੇ? 130 1,30,000 ਬੰਦਾ ਹੈ, 1,30,000 ਬੰਦਾ ਇਸ ਟਾਈਮ ਸੁੱਤਾ ਹੋਇਆ, ਉਹਦੇ ਵਿੱਚੋਂ 1,100 ਬੰਦਾ ਜਾਗਣ ਡਿਆ, ਹਾਂ ਅੱਧੇ ਅੱਧੇ ਦੋਵਾਂ ਦੇ, ਅੱਧੇ ਅੱਧੇ ਦੋਵਾਂ ਦੇ, ਕਿਸੇ ਨੂੰ ਕੋਈ ਚੱਕਰ ਨਹੀਂ ਹੈਗਾ, ਵੀ ਆਰ ਸੋਰਸ ਆਫ ਐਂਟਰਟੇਨਮੈਂਟ, ਚਾਹੇ ਮੈਂ ਆ ਚਾਹੇ ਤੂੰ ਆ, ਆਪਾਂ ਐਂਟਰਟੇਨਮੈਂਟ ਦਾ ਸੋਰਸ ਆ, ਦੈਟਸ ਇਟ, ਲੋਕਾਂ ਨੇ ਸਾਨੂੰ ਉਦੋਂ ਦੇਖਣਾ ਜਦੋਂ ਲੋਕਾਂ ਕੋਲ ਟਾਈਮ ਹੋਏ। ਗੱਲ ਕੀ ਆ, ਇਹ ਗੱਲ ਮੈਂ ਆਪਣੇ ਵਲੌਗ ਚ ਵੀ ਕਹਿੰਦਾ ਹੁੰਦਾ ਸੀਗਾ ਕਿ ਹਨਾ ਜਿਹੜੇ ਮੈਂ ਯਾਰ ਪਤਾ ਗੱਲ ਕੀ ਆ, ਆਪਾਂ ਨੂੰ ਕਿਸੇ ਨਾਲ ਗੁੱਸਾ ਗਿਲਾ ਹਨਾ, ਕਿਸੇ ਨੇ ਸਾਡੇ ਨਾਲ ਪਰਸਨਲ ਦੁਸ਼ਮਣੀ ਤਾਂ ਨਾ ਕਦੀ ਕੱਢੀ ਕੱਢੀ ਗਈ, ਆਪਾਂ ਉਹਦੀ ਪਰਵਾਹ ਨਹੀਂ ਕਰਦੇ, ਸਭ ਦਾ ਆਪਣਾ ਨੂੰ ਕੰਟੈਂਟ ਹੈਗਾ ਵਾ, ਪਰ ਤੁਸੀਂ ਤਾਂ ਭੈਣ ਚੋ ਜ਼ਿੰਦਗੀ ਨੂੰ ਕੰਟੈਂਟ ਬਣਾਤਾ ਹੀ, ਜ਼ਿੰਦਗੀ ਇਹ ਕੀ ਦੇਖ ਨਾ, ਜ਼ਿੰਦਗੀ ਨੂੰ ਕੰਟੈਂਟ ਨਹੀਂ ਜਾਣੇ, ਆ ਕੰਟੈਂਟ ਬਣਾ ਮੇਰੀ ਲਿਆ, 1 ਮਿੰਟ 24 ਦਿਨ 24 ਘੰਟੇ ਹੁੰਦੇ ਆ ਤੇ 24 ਘੰਟੇ ਸਿਰਫ 15 ਮਿੰਟ ਦਾ ਵਲੌਗ ਬਣਦਾ ਹਮੇਸ਼ਾ, 24 ਘੰਟੇ ਦਾ ਪੂਰਾ ਨਹੀਂ, 15 ਮਿੰਟ ਦਾ ਵਲੌਗ ਵੀ 24 ਘੰਟਿਆਂ ਚ ਹੀ ਬਣਦਾ, ਉਹ ਕਿਹੜਾ 15 ਮਿੰਟ ਚ ਹੀ ਬਣ ਜਾਂਦਾ ਸਿੱਧਾ? ਅੱਛਾ ਇਹ ਭੁਲੇਖਾ, ਅੱਛਾ ਮੇਰੀ ਗੱਲ, ਹਾਂ 15 ਮਿੰਟ ਦਾ ਵਲੌਗ ਆ, ਤੇਰੇ ਵਲੌਗ ਦੀ ਐਗਜ਼ਾਮਪਲ ਦੇ ਦਿੰਦਾ, ਮੈਂ ਰੁਕੀ 1 ਮਿੰਟ, ਤੇਰੇ ਵਲੌਗ ਦੀ ਐਗਜ਼ਾਮਪਲ ਦੇ ਦਿੰਦਾ ਮੈਂ ਹੁਣ, ਕੀ ਨਾਮ ਬਹੁਦਾ, ਮਯੰਕ ਸ਼ਰਮਾ ਵਲੌਗ ਹੈ ਨਾ, ਉਹ ਤਾਂ ਡਿਲੀਟ ਕਰਤੇ ਗੁਰੂ ਆ ਵਲੌਗ, ਹੁਣ ਕੀ ਵੇਖਣਾ ਵਲੌਗਾਂ 'ਚ, ਤਾਜੀ ਐਵੇਂ ਨਹੀਂ ਰੋਸਟ ਕਰਦੇ, ਪੂਰੀ ਹਿਸਟਰੀ ਰੱਖ ਕੇ ਬੈਠੇ ਹੁੰਦੇ ਆ ਇਕੱਲੇ ਉਹ, ਨਹੀਂ ਉਹ ਤੇ ਮੈਂ ਕਹਿੰਦਾ ਗਵਾਹ ਨੇ ਮੈਂ ਜਿਹੜਾ, ਅੱਛਾ ਜੇ ਇਧਰ ਠੀਕ ਆ, ਜਿਹੜੇ ਅਸੀਂ ਗਏ ਅੱਜ ਸ਼ਾਪਿੰਗ ਕਰਨ, ਮੈਂ ਕਹਿੰਦਾ ਰੋਸਟਾਂ 'ਚ ਗਵਾਹ ਦੇਖੋ ਜਾ ਕੇ, ਅਸੀਂ ਅੱਜ ਗਏ ਸ਼ਾਪਿੰਗ ਕਰਨ ਹੈ, ਇਹ 15 ਮਿੰਟ ਤਾਂ ਬਣੀ ਨਹੀਂ, 15 ਮਿੰਟ ਤਾਂ ਬੰਦੇ ਨੂੰ ਸਟੋਰ ਜਾਂਦੇ ਨਹੀਂ ਲੱਗਦੇ, ਕਿੰਨਾ ਬਣੇ ਇਹ ਪਤਾ ਨਹੀਂ, ਇਹ ਹੈਗਾ ਆ 21 ਮਿੰਟ ਕੁਛ ਦਾ, ਇਹ ਆਪਾਂ ਹੈਗੇ ਕਿ ਹਾਂ ਦਿੰਨੇ ਆਪਾਂ ਟਾਈਮ ਦਿੰਨੇ ਆ ਚੀਜ਼ਾਂ ਨੂੰ, ਠੀਕ ਹੈ ਦ ਥਿੰਗ ਇਜ਼ ਕਿ ਹਾਂ, ਪਰ ਹਾਂ ਮੈਨੂੰ ਆਪਣੇ ਤੇ ਇੰਨਾ ਮਾਣ ਆ, ਮੈਂ ਕਈ ਮੈਂ ਕਿਸੇ ਨੂੰ ਉਹ ਨਹੀਂ ਕਰਦਾ, ਨਿਸ਼ਾਨਾ ਨਹੀਂ ਹੈਗਾ ਤੇ ਲਾਇਆ, ਪਰ ਹਾਂ ਮੈਂ ਕਈ ਲੋਕਾਂ ਨੂੰ ਵਲੌਗ ਨਹੀਂ ਬਣਾਉਂਦਾ ਕਿ ਸਾਰਾ ਕੁਛ ਹੀ ਵਿਖਾ ਦੋ ਜੀ, ਇੱਦਾਂ ਕਰਨ ਲੱਗੇ ਉੱਦਾਂ ਕਰਨ ਲੱਗੇ, ਬਹੁਤ ਡਿਫਰੈਂਸ ਆ ਮੇਰੇ ਵਲੌਗਸ ਵਿੱਚ, ਹੁਣ ਮੈਂ ਬਣਾਊਂਗਾ ਆਪਣੇ ਹਿਸਾਬ ਨਾਲ, ਤੋਂ ਮੇਰਾ ਦਿਮਾਗ ਸੈੱਟ ਹੋ ਗਿਆ। ਤੂੰ ਇੱਕ ਵਲੌਗ ਬਣਾਇਆ ਸੀ ਜਿਹਦੇ ਵਿੱਚ ਤੂੰ ਪਹਿਲਾਂ ਪਹਿਲਾਂ ਬਣਾਇਆ ਗਿਆ ਕਿ ਹਮਾਨੀ ਘਰੇ ਗਿਆ ਜਦੋਂ ਦਾਦੀ ਜੀ ਬਚੇ ਗਏ, ਉਹੀ ਗੱਲ ਨਾ, ਮੈਂ ਪਹਿਲਾ ਵਲੌਗ ਬਣਾਇਆ, ਠੀਕ ਹੈ, ਪਹਿਲਾ ਵਲੌਗ ਸਭ ਦਿਖਾਣ ਦੇ, ਪਹਿਲਾ ਵਲੌਗ ਬਣਾਇਆ, ਠੀਕ ਹੈ, ਨਵੇਂ ਘਰੇ
ਗਿਆ, ਮੈਂ ਇੰਨੀ ਗੱਲ ਕਹਿੰਨਾ, ਨਵੀਂ ਘਰੇ ਮੈਂ ਇੰਨੀ ਗੱਲ ਗਿਆ। ਕਹਿੰਨਾ, ਮੇਰੀ ਗੱਲ ਸੁਣ, ਮੈਂ ਇੰਨੀ ਗੱਲ ਕਹਿੰਨਾ, ਮੇਰੀ ਗੱਲ ਸੁਣ, ਮੈਂ ਇੰਨੀ ਗੱਲ ਕਹਿੰਨਾ, ਮੈਂ ਪਹਿਲਾ ਵਲੋਗ ਬਣਾਇਆ, ਠੀਕ ਹੈ। ਉਸ ਤੋਂ ਬਾਦ ਮੈਨੂੰ ਜਦੋਂ ਰੋਸਟਿੰਗ ਮੇਰੇ ਤੇ ਹੋਈ, ਸਭ ਕੁਛ ਹੋਇਆ, ਮੈਂ ਫਿਰ ਉਹ ਚੀਜ਼ਾਂ ਨੂੰ ਸੁਧਾਰਿਆ ਥੋੜ੍ਹਾ। ਮੈਂ ਕਿਹਾ ਨਹੀਂ ਯਾਰ, ਇੱਦਾਂ ਲੋਕੀ ਭੌਂਕਦੇ ਆ, ਆਪਾਂ ਵਧੀਆ ਤਰ੍ਹਾਂ ਵਲੋਗ ਕਰਨਾ ਆਪਣਾ ਥੋੜ੍ਹਾ, ਤੇ ਮੈਂ ਇਹ ਨਹੀਂ ਕਹਿੰਦਾ, ਪਰ ਮੇਰੇ ਵਲੋਗ 'ਚ ਜਿੱਦਾਂ ਜੋ ਵੀ ਸੀਗਾ ਮੇਰੇ ਵਲੋਗ, ਜੋ ਕੁੜੀ ਸੀ ਜੋ ਵੀ ਸੀਗੀ, ਹਨਾ, ਪਰ ਹਾਂ ਮੇਰੇ ਵਲੋਗ 'ਚ ਇਹ ਨਹੀਂ ਸੀ ਸ਼ੋ ਹੁੰਦਾ ਕਿ ਟੋਟਲੀ ਕੁੜੀ ਦਾ ਵਾ, ਜਿਵੇਂ ਕਈ ਲੋਕ ਕਰਦੇ ਨਾ, ਟੋਟਲੀ ਕੈਮਰਾ ਕੁੜੀ ਵਾਲੀ ਕਰ ਦਿੰਦੇ, ਆਪਣੇ ਘਰਦਿਆਂ ਵਾਲੀ ਕਰ ਦਿੰਦੇ, ਉਹ ਸਿਸਟਮ ਆਪਾਂ ਜ਼ਿੰਦਗੀ 'ਚ ਨਹੀਂ ਕੀਤਾ। ਨਹੀਂ ਨਹੀਂ ਕਰਨ ਨੂੰ ਯਾਰ, ਸਿਖਾਉਣੀ ਕੁੜੀ ਵੀ ਤੇਰੀ ਆ, ਠੀਕ ਆ, ਚੱਲਦਾ, ਬਟ ਉਹ ਤੇ ਹੁਣ ਗਈਆਂ ਗੱਲਾਂ। ਫਰੈਸ਼ੀ ਹੈ, ਫਰੈਸ਼ੀ ਫਰੈਸ਼ੀ ਨੇ ਬਣਾਇਆ ਹੈ ਨਾ ਕੁਛ, ਦੇਖਿਆ ਨਹੀਂ ਕਦੇ? ਹੈ ਕਿਦਾ ਕਿਦਾ ਕੋਈ ਨਹੀਂ ਭਰਾ, ਆ ਗਿਆ ਕੋਈ ਨਹੀਂ, ਚਲ ਉਹ ਥੋੜਾ ਹਾਈ ਹੋਦਾ। ਦ ਥਿੰਗ ਇਜ਼ ਕਿ ਬ੍ਰੋ, ਮੈਂ ਤੈਨੂੰ ਸਿੰਪਲ ਜੀ ਗੱਲ ਕਹਿੰਦਾ, ਗੱਲ ਮੁਕਾ, ਨਹੀਂ ਨਹੀਂ ਸਹੀ ਹੈ ਯਾਰ, ਸਹੀ ਨਾ ਕਰ, ਇਹ ਸਭ ਨਾ ਕਰ, ਠੀਕ ਹੈ। ਜ਼ਿੰਦਗੀ ਜੀ ਵਧੀਆ ਜੀ, ਆਪਣੇ ਯਾਰ ਦੋਸਤ ਬੈਠੇ, ਇਹਨਾਂ ਨਾਲ ਫੰਕਸ਼ਨ ਕਰ, ਹੁਣੀ ਗੱਡੀ ਗੱਡਣ ਲੱਗੀ, ਗੱਡੀ ਮਰ ਜਾਓ, ਘੁੰਮੋ, ਲਾਈ ਬਹਿ ਕੇ ਪੈ ਜਾਓ, ਰੋਈ ਜਾਣਾ ਜੀ, ਮੇਰੀ ਲੈ ਲਈ ਚੱਲ ਜੀ, ਮੈਂ ਗਿਆ ਹੁਣ, ਦਿੱਤੀ ਨਹੀਂ, ਮੇਰੀ ਮੈਂ ਲੈ ਫਿਰ ਲਈ, ਇੱਦਾਂ ਤੂੰ ਦੀ ਕਰਦੇ ਪਿੰਡ ਗੱਲ ਤੇ ਮੈਨੂੰ ਨਾ ਹੁਣ ਜਿੱਦਾਂ ਵੀ ਆ ਆਪਣਾ ਠੀਕ ਆ, ਹੁਣ ਚਿੱਲਾ ਜਾਣ ਪੂਰੀ ਚਿੱਲ ਤੇ ਛੱਡ ਭਰਾਵਾ, ਜਦੋਂ ਮੈਨੂੰ ਦਿਲ ਮੈਂ ਦੀ ਬਈ ਦਾਣੇ ਸਿੱਖ ਪੈ ਜਾ, ਗੋਪੀ ਦੀ ਢੂਈਰ ਕੇ ਦਾਣੇ ਤੇਰੇ ਮੂੰਹ ਦੇ ਨਿਕਲ ਗਏ ਸਾਲਿਆ, ਹੋਰ ਕੀ ਕਰਨਾ ਹੁਣ, ਗੋਪੀ ਦੀ ਢੂਈਰ ਕੇ ਦਾਣੇ ਤੇਰੇ ਮੂੰਹ ਦੇ ਨਿਕਲੇ ਪਏ ਆ, ਹੁਣ ਸਹੀ ਹੋ ਗਏ ਦੇ, ਹੁਣ ਸੈਟ ਹੋ ਗਿਆ, ਉਹਦੇ ਵੀ ਆਪਾਂ ਗਿਆ ਸਹੀ ਹੋ ਗਏ ਆ, ਹੋਏ ਨਹੀਂ ਸਹੀ ਸੀ, ਵੇਖੀ ਐ ਛੱਡ ਕੀ ਕਹਾਂ ਹੁਣ ਮੈਂ, ਨਹੀਂ ਨਹੀਂ ਯਾਰ ਆਪਾਂ ਨੂੰ ਕੀ ਆ ਹਨਾ, ਹੋਰ ਹੋਰ ਤਾਂ ਕੁਛ ਨੀ, ਹੋਰ ਤਾਂ ਵਧੀਆ, ਮੈਂ ਦੇਖੀ ਜਾਂਦਾ ਬੈਠਾ, ਮੈਂ ਕਿਹਾ ਯਾਰ ਕੀ ਕਰੀ ਜਾਂਦਾ ਗੁਰੂ, ਮੈਨੂੰ ਪਤਾ ਕੀ ਚੱਕਰ ਮੈਂਟਾ ਹੁਣ ਯਾਰ, ਮੈਂ ਕੋਈ ਨੀ ਆਪਾਂ ਪਰਸਨਲੀ ਗੱਲ ਕਰਦੇ ਆ ਆਪਾਂ ਹਿਸਾਬ ਨਾਲ ਥੋੜੀ, ਮੈਂ ਨੀ ਕਰਨੀ ਪਰਸਨਲੀ ਗੱਲ ਭਰਾਵਾ, ਤੁਸੀਂ ਮੈਂ ਜੋ ਬਾਕੀ ਉਦਾਂ ਕਰ, ਮੈਂ ਨੀ, ਮੈਂ ਇੱਥੇ ਸਾਰਾ ਸਾਹਮਣੇ ਗੱਲ ਠੀਕ ਆ ਵਧੀਆ, ਹਾਂ ਪਰਸਨਲੀ ਠੀਕ ਆ ਆਪਣਾ ਵਧੀਆ ਯਾਰ, ਮੇਰਾ ਕੋਈ ਮੈਨੂੰ ਤੇ ਕੋਈ ਹੇਟ ਹੈ ਨਹੀਂ ਕਿ ਕੋਈ, ਮੈਨੂੰ ਕੋਈ ਗੁਰੂ ਜੀ ਕੋਈ ਹੇਟ ਪਰ ਦੁਨੀਆ ਦੀ ਆਇਆ, ਦਾਰੂ ਪੀਨੇ ਆ, ਇਹ ਫਰੈਸ਼ੀ ਲੋ ਕਹਿਤਾ, ਤੂੰ ਜਲੰਧਰ ਕਦੋਂ ਆਣਾ ਦੱਸੀ, ਉਦੋਂ ਬਹਿ ਕੇ ਪੈਗ ਲਾ ਕੇ ਗੱਲ ਕਰਾਂਗੇ, ਪੈਗ ਲਾਣਾ ਗੋਪੀ ਦੀ ਢੂਈਰ ਕੇ ਦਾਣੇ ਤੇਰੇ ਮੂੰਹ ਦੇ ਨਿਕਲੇ ਪਏ ਆ, ਹਣ ਹੁਣ ਸਹੀ ਹੋ ਗਏ ਦੇ, ਹੁਣ ਸੈਟ ਹੋ ਗਿਆ, ਉਹਦੇ ਵੀ ਸਹੀ ਹੋ ਗਏ ਆ, ਹੋਏ ਨਹੀਂ ਸਹੀ ਸੀ, ਵੇਖੀ ਐ ਛੱਡ ਕੀ ਕਹਾਂ ਹੁਣ ਮੈਂ, ਨਹੀਂ ਨਹੀਂ ਯਾਰ ਆਪਾਂ ਨੂੰ ਕੀ ਆ ਹਣਾ, ਹੋਰ ਹੋਰ ਤਾਂ ਕੁਛ ਨੀ, ਹੋਰ ਤਾਂ ਵਧੀਆ, ਮੈਂ ਦੇਖੀ ਜਾਂਦਾ ਬੈਠਾ, ਮੈਂ ਕਿਹਾ ਯਾਰ ਕੀ ਕਰੀ ਜਾਂਦਾ ਗੁਰੂ, ਮੈਨੂੰ ਪਤਾ ਕੀ ਚੱਕਰ ਮੈਂਟਾ, ਹੁਣ ਯਾਰ ਮੈਂ ਕੋਈ ਨੀ ਆਪਾਂ ਪਰਸਨਲੀ ਗੱਲ ਕਰਦੇ ਆ ਆਪਾਂ ਹਿਸਾਬ ਨਾਲ ਥੋੜੀ, ਮੈਂ ਨੀ ਕਰਨੀ ਪਰਸਨਲੀ ਗੱਲ ਭਰਾਵਾ, ਤੁਸੀਂ ਮੈਂ ਜੋ ਬਾਕੀ ਉਦਾਂ ਕਰ, ਮੈਂ ਨੀ, ਮੈਂ ਇੱਥੇ ਸਾਰਾ ਸਾਹਮਣੇ ਗੱਲ ਠੀਕ ਆ ਵਧੀਆ, ਹਾਂ ਪਰਸਨਲੀ ਠੀਕ ਆ ਆਪਣਾ ਵਧੀਆ ਯਾਰ, ਮੇਰਾ ਕੋਈ ਮੈਨੂੰ ਤੇ ਕੋਈ ਹੇਟ ਹੈ ਨਹੀਂ ਕਿ ਕੋਈ, ਮੈਨੂੰ ਕੋਈ ਗੁਰੂ ਜੀ ਕੋਈ ਹੇਟ ਪਰ ਦੁਨੀਆ ਦੀ ਆਇਆ, ਦਾਰੂ ਪੀਨੇ ਆ, ਇਹ ਫਰੈਸ਼ੀ ਲੋ ਕਹਿਤਾ, ਤੂੰ ਜਲੰਧਰ ਕਦੋਂ ਆਣਾ ਦੱਸੀ, ਉਦੋਂ ਬਹਿ ਕੇ ਪੈਗ ਲਾ ਕੇ ਗੱਲ ਕਰਾਂਗੇ, ਪੈਗ ਲਾਣਾ, ਮੈਂ ਤਾਂ ਹੁਣੇ ਵੀ ਲਵਾ ਦਿੰਦਾ, ਕੀ ਗੱਲ ਆ, ਤੂੰ ਦੱਸ ਤੇ ਕਿਹੜੀ ਪੀਣੀ ਮਮਾ, ਮੈਂ ਤਾਂ ਹੁਣੇ ਵੀ ਲਵਾ ਦਿੰਦਾ, ਕਿਹੜੀ ਪੀਣੀ ਆ, ਠੀਕ ਆ ਮਾਰਾ ਟਰ, ਜਿਹੜਾ ਭਾਜੀ ਕਹਿੰਦਾ ਹੈਗਾ ਮਹਿੰਗੀ ਪੀਂਦੇ ਆ, ਮੈਂ ਉਦੋਂ ਮੈਂ ਦਾਰੂ ਦੀ ਗੱਲ ਕੀਤੀ ਭਾਈ ਤੇ ਮੈਨੂੰ ਗਾਲ ਕੱਢੀ, ਨਹੀਂ ਨਹੀਂ ਠੀਕ ਆ, ਕੋਈ ਨਹੀਂ, ਫਿਰ ਜਲੰਧਰ ਆਏ ਖੜੇ, ਜਲੰਧਰ ਦੇ ਨਾਲ ਪਿੰਡ ਆਪਣਾ ਆਏ ਖੜੇ, ਠੀਕ ਆ ਭਾਜੀ, ਠੀਕ ਆ ਮਾਰਾ, ਨਹੀਂ 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 ਇੱਧਰ ਉਹ ਨਹੀਂ, ਉਦੋਂ ਮੈਂ ਨਾਰਮਲੀ ਕਹੀ, ਮੈਂ ਛੱਡੋ ਕੀ ਕੀਤੀ ਭਾਈ, ਕਿਹਾ ਨਹੀਂ ਨਹੀਂ ਜਲੰਧਰ ਆਏ ਖੜੇ, ਕੋਈ ਨਹੀਂ ਪਿੰਡ ਨਾਲ ਹੀ ਆਪਣਾ, ਜਦੋਂ ਮਰਜ਼ੀ ਵੇਲ ਆਇਆ ਜਦੋਂ ਮਰਜ਼ੀ, ਠੀਕ ਆ ਕੋਈ ਨਹੀਂ, ਮੈਸੇਜ ਕਰੂੰਗਾ, ਕਰਦੀ ਕਰਦੀ, ਯੈਸ, ਪਤਾ ਗੱਲ ਕੀ ਯਾਰ, ਵੇਖੋ ਆਪਣਾ ਸੋਸ਼ਲ ਮੀਡੀਆ ਜਿੱਦਾਂ ਚੱਲਦਾ ਚੱਲਦਾ ਹਨਾ, ਆਪਸ ਚ ਕੀ ਆਪਾਂ ਰੰਜਿਸ਼ਾਂ ਰੱਖਣੀਆਂ ਫਾਲਤੂ ਦੀਆਂ, ਆਪਾਂ ਨੂੰ ਹਨਾ
ਅਗਲੇ ਆਪਣੀ ਨਾ ਪਰਸਨਲ ਪਰਸਨਲ ਜੋ ਗੱਲਾਂ ਉੱਤੇ ਨਹੀਂ ਜਾਂਦੇ ਅਗਲੇ, ਠੀਕ ਆ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਭਰਾਵਾ। ਅੱਛਾ ਤੈਨੂੰ ਇੱਕ ਬੈਸਟ ਐਗਜ਼ਾਮਪਲ ਦਿੰਦਾ, ਬੈਸਟ ਐਗਜ਼ਾਮਪਲ ਤੇਰੇ YouTube ਤੇ ਕਿੰਨੇ ਸਬਸਕ੍ਰਾਈਬਰ ਆ? ਮੇਰੇ 1,70,000 ਹੋਣੇ ਮੇਰੇ ਇੱਕ ਹਿਸਾਬ ਲੱਖ ਨਾਲ। ਸੱਤ ਹਜ਼ਾਰ ਤੇ ਇੰਸਟਾ ਦੇ 1.5 ਲੱਖ ਦੇ ਲਾਗੇ ਛੱਗੇ ਹੈਗਾ ਹਨਾ। ਤੂੰ ਵਲੌਗਰ ਆ, ਤੇਰੇ 1,70,000 YouTube ਤੇ ਆ। ਅੱਛਾ ਚਲੋ ਮੇਰੀ ਗੱਲ ਤਾਂ ਸੁਣ, ਗੱਲ ਤਾਂ ਸੁਣ, ਇੱਕ ਗੱਲ ਦੱਸ। ਮੈਂ ਤੇਰੇ ਤੇ ਰੋਸਟ ਵੀਡੀਓ ਬਣਾਈ, ਹਾਂ ਹੈ, ਹਾਂ ਮੈਂ ਤੇਰੇ ਤੇ ਰੋਸਟ ਵੀਡੀਓ ਬਣਾਈ, ਮੇਰਾ 1,00,000 ਵੀ ਹੋਇਆ। ਹੁਣ 1,00,000 ਵਿੱਚੋਂ ਮੈਂ ਤੇ ਰੂਸ ਵੀਡੀਓ ਬਣਾਈ, ਮੇਰਾ 1,00,000 ਵੀ ਹੋਇਆ। ਹੁਣ 1,00,000 ਵੀ ਯਾਰ ਦੇਖੋ, ਪੜ੍ਹਾਈ ਲਿਖਾਈ ਐਗਜ਼ਾਮ ਰਿਜ਼ਲਟ ਉਹ ਟੁੱਟ ਯਾਰ, ਹਰ ਬੰਦਾ ਟੁੱਟਦਾ। ਆ ਫਰੈਸ਼ੀ ਦੇ ਲਾ, ਇੰਨਾ ਸੁੱਕ ਗਿਆ ਦਾ ਬ੍ਰੇਕਅਪ ਹੋਇਆ ਵਿਚਾਰੇ ਦਾ। ਹੈ ਕਿਦਾਂ ਫਰੈਸ਼ੀ ਦੇ ਲਾ, ਵਿਚਾਰਾ ਸੁੱਕ ਗਿਆ, ਇੰਨਾ ਇੰਨਾ ਬ੍ਰੇਕਅਪ ਹੋ ਗਿਆ, ਸੁੱਕਾ ਹੋ ਗਿਆ, ਮੋਟਾ ਹੁੰਦਾ ਸੀ ਪਤਾ। ਮੈਂ ਹੁਣ ਯਾਰ ਚਲੋ ਠੀਕ ਆ, 1,200 ਬੰਦੇ ਨੇ ਆਪਣੇ, ਮੈਂ ਸਿੱਧੀ ਗੱਲ ਸੁਣ, ਮੈਨੂੰ ਗੁਰੂਆ ਮੇਰੀ 20 ਸਾਲ ਉਮਰ ਹੈ ਨਾ, ਮੈਨੂੰ ਦੋ ਵਾਰ ਅਟੈਕ ਆਇਆ, ਦੋ ਵਾਰ। ਪਰ ਮੇਰੇ ਮੇਰੀ ਮੈਨੂੰ ਸਿੱਧੀ ਗੱਲ ਕਹੀ ਸਭ ਨੇ ਡਾਕਟਰਾਂ ਨੇ ਕਿ ਤੈਨੂੰ ਅਟੈਕ ਆਉਣਾ ਨੀ ਚਾਹੀਦਾ, ਪਰ ਕਿਸੇ ਨੂੰ ਕੋਈ ਕੋਈ ਵੈਲਿਊ ਨੀ, ਕਿਸੇ ਨੂੰ ਕੋਈ ਵੈਲਿਊ ਨੀ ਕਿ ਅਟੈਕ ਆਇਆ ਇਹਨੂੰ। ਕਿਸ ਚੀਜ਼ ਦਾ ਅਟੈਕ ਆਇਆ? ਮੈਨੂੰ ਨਾ ਐਕਚੁਅਲੀ ਪੈਨਿਕ ਅਟੈਕ ਆ ਜਾਂਦਾ ਜਦੋਂ ਮੈਨੂੰ ਐਕਚੁਅਲੀ ਡਿਪਰੈਸ਼ਨ ਹੈਗਾ ਵਾ, ਠੀਕ ਹੈ, ਮੈਨੂੰ ਪੈਨਿਕ ਅਟੈਕ ਆ ਜਾਂਦਾ। ਮੈਨੂੰ ਜਦੋਂ ਪੈਨਿਕ ਅਟੈਕ ਆਉਂਦਾ ਨਾ, ਮੇਰੇ ਇੱਕ ਤੇ ਹਾਰਟ ਚ ਦਰਦ ਹੁੰਦੀ ਬਹੁਤ ਜ਼ਿਆਦਾ, ਉਧਰੋਂ ਮੇਰੇ ਜਿਹੜੇ ਹੱਥ ਨਾ, ਹੱਥ ਮੇਰੇ ਮੁੜ ਜਾਂਦੇ ਆ, ਮੇਰੇ ਪੈਰ ਵੀ ਮੁੜ ਜਾਂਦੇ ਆ, ਮੈਂ ਡਿੱਗ ਗਿਆ। ਮੈਨੂੰ ਹੁਣ ਪਤਾ ਗੱਲ ਕੀ ਆ, ਅਟੈਚਮੈਂਟ ਮੋਸਟ ਮਾਂ ਪਿਓ ਹੈਗੇ ਆ, ਤਾਂ ਕਰਕੇ ਇੱਥੇ ਬੈਠੇ ਆ। 20 ਸਾਲ ਦੀ ਉਮਰ ਚ ਨਾ ਅਟੈਚਮੈਂਟ ਦੀ ਗੱਲ, ਤੂੰ ਆਪ 25 ਸਾਲ ਹੋਊਗਾ ਨਾ, ਤੂੰ ਵੀ ਕਿਸੇ ਨੂੰ ਕਹੂੰਗਾ ਕਿ ਹਾਂ ਕਿਹੜੀ ਅਟੈਚਮੈਂਟ, ਕੁਛ ਅਟੈਚਮੈਂਟ ਨਹੀਂ ਹੁੰਦੀ ਇਹ, ਸਿਰਫ ਆਪਣਾ ਅੰਧ ਅੰਧੀਆਂ ਚੀਜ਼ਾਂ ਕਿ ਅਸੀਂ ਵੜ ਗਏ। ਗੱਲ ਠੀਕ ਹੈ, ਬਟ ਨਾ ਆਪਣਾ ਆਪਣਾ ਮੈਂ 20 ਸਾਲਾਂ ਦਾ ਹੋ ਗਿਆ ਆ, 20 ਸਾਲਾਂ ਦਾ ਹੋ ਗਿਆ ਆ। ਤੇਰੀ ਆਪਣੀ ਮੰਮੀ ਮੂਹਰੇ ਆ ਕੇ ਸਿਗਰਟ ਪੀਣਾ? ਨਹੀਂ ਨਹੀਂ ਇਹ ਪੀਣਾ ਕਰੀ ਨਹੀਂ ਤੂੰ ਭਾਈ, ਉਹ ਤਾਂ ਵੱਖਰੀ ਗੱਲ ਆ, ਇਹਦੀ ਵੱਖਰੀ ਗੱਲ, ਉਹ ਮਾਂ ਨਹੀਂ ਦੇਖਣੀ, ਉਹ ਵੇਖੇ ਕੋਈ ਇਸ਼ੂ ਨਹੀਂ ਆ, ਉਹ ਵੱਖਰੀ ਗੱਲ ਆ। ਉੱਥੇ ਤੁਸੀਂ ਹਾਰ ਗਏ ਕਿ ਇੱਕ ਕੁੜੀ ਤੁਹਾਡੇ ਲਈ ਸਾਰਾ ਕੁਝ ਹੋ ਗਈ ਆ, ਉਹਦੇ ਲਈ ਗੁਣ ਫਾਟਿਆ ਦੀ ਕਿ ਭੈਣ ਚੋਟ ਹੈਗਾ, ਕਿ ਜੇ ਮਾਂ ਨੇ ਕੁੜੀ ਜੇ ਮਾਂ ਨੇ ਸਿਗਰਟ ਪੀਂਦੇ ਨੂੰ ਦੇਖ ਲਿਆ ਤੇ ਉਹਦਾ ਕੋਈ ਇਸ਼ੂ ਨਹੀਂ। ਕੁੜੀ ਜੇ ਉਹ ਗਲਤ ਥਿੰਕਿੰਗ ਹੈ ਤੇਰੀ, ਜੇ ਕੁੜੀ ਸਭ ਕੁਝ ਹੋ ਗਈ ਹੁੰਦੀ ਨਾ, ਜੇ ਕੁੜੀ ਸਭ ਕੁਝ ਹੋ ਗਈ ਹੁੰਦੀ, ਹੁਣ ਨੂੰ ਨਾ ਬੜੇ ਪੁੱਠੇ ਸਟੈਪ ਚੁੱਕ ਲੈਣੇ ਸੀਗੇ, ਬਟ ਨਹੀਂ ਚੁੱਕੇ, ਕਿਉਂਕਿ ਤਾਂ ਨਹੀਂ ਚੁੱਕੇ ਕਿਉਂਕਿ ਆਪਾਂ ਨੂੰ ਆਪਣੇ ਫਿਊਚਰ ਨਾਲ ਪਿਆਰ, ਆਪਣੇ ਘਰ ਦੇ ਨਾਲ ਪਿਆਰ ਆ। ਘਰ ਦੇ ਨਾ ਨਾ ਕਿਆ ਗੱਲਾਂ ਚੰਗੀ ਲੱਗਦੀਆਂ ਤੈਨੂੰ, ਮੈਂ ਬਾਰ ਬਾਰ ਕਹਿੰਦਾ ਜੋ ਚੀਜ਼ਾਂ ਕਰਦਾ ਸਾਰਾ ਉਡਾ ਕੇ ਆਪਣਾ ਫਰੈਸ਼ ਕੰਟੈਂਟ, ਸਿਰਫ ਸਿੱਧੀ ਚੀਜ਼ਾਂ ਪਾ ਕਰਨਾ ਗੁਰੂ, ਫਰੈਸ਼ ਕੰਟੈਂਟ। ਹੁਣ ਆਪਣਾ ਪਤਾ ਗੱਲ ਕੀ ਆ, ਜਿੰਨਾ ਭੱਜਦੇ ਪਤਾ ਗੱਲ ਕੀ ਆ, ਮੈਂ ਫਿਰ ਵੀ ਚਲੋ ਆਪਾਂ ਮਾੜਾ ਹੀ ਨਹੀਂ ਕਹਿਣਾ ਕਿਸੇ ਨੂੰ ਗੋਲੀ ਮਾਰੋ ਭੈਣ ਚ ਦਾਣ ਲੋਕੀ, ਬਟ ਫਿਰ ਵੀ ਆਹੀ ਗੱਲ ਆ, ਜਦੋਂ ਤੂੰ ਤੂੰ ਇੱਕ ਜਣਾ ਜਿਹੜਾ ਕਹਿਣ ਡਿਆ ਕਿ ਭੈਣ ਇਹ ਕਰਨ, ਅਗਰ 36 ਜਣ ਕਹਿਣਾ ਭੈਣ ਤੇਰੀ ਬਦਨਾਮ ਹੋਣੀ ਹੈ, ਕਿਉਂ ਕਹਿਣਾ? ਨਹੀਂ 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 ਕਿਉਂ ਆਪਾਂ ਆਪਾਂ ਆਪਣੇ ਆਪ ਨੂੰ ਸੈੱਟ ਕਰਨਾ, ਪਰ ਥੋੜਾ ਹਟ ਕੇ ਸੈੱਟ ਕਰਨਾ ਕਰਨਾ ਭੈਣ ਜੀ, ਸ਼ਰਾਬ ਪੀ ਲਓ ਜਿਹਦੇ ਉਹਨਾਂ ਸੈੱਟ ਹੋਈ ਜਾਂਦੇ, ਤੁਸੀਂ ਸ਼ਰਾਬ ਪੀ ਕੇ ਸੈੱਟ ਹੋਈ ਜਾਂਦੇ, ਚਿੱਕੂ ਸੈੱਟ ਕਰਨਾ ਹੁਣ? ਨਹੀਂ ਨਹੀਂ ਆਪਾਂ ਸੈੱਟ ਕਰ ਲਾਂਗੇ, ਆਪਾਂ ਸੈੱਟ ਕਰ ਲਾਂਗੇ, ਹੁਣ ਵੀ ਆ ਸੈੱਟ, ਸੈੱਟ ਤਾਂ ਹੁਣ ਵੀ ਆ, ਨਹੀਂ ਕਿੱਥੇ ਸੈੱਟ ਭਰਾਵਾ, ਏਦਾਂ ਹੀ ਆ ਬਸ ਹੁਣ। ਚੱਲ ਕਰੋ ਜ਼ਿੰਦਗੀ ਦੇ
ਜਿਹੜੇ ਗਾਲਾਂ ਕੱਢਦੇ ਉਹਨੂੰ ਗਾਲਾਂ ਛੱਡੋ, ਤੈਨੂੰ ਆਪ ਨੀ ਪਤਾ ਲੱਗਣ ਤੂੰ ਕੀ ਬੋਲਦਾ ਪਿਆ, ਤੂੰ ਘੁੰਮ ਫਿਰ ਕੇ ਇੱਕੋ ਗੱਲ ਤੇ ਆ ਜਾਂਦਾ। ਠੀਕ ਆ, ਨਹੀਂ ਮੈਂ ਲਾਈਵ ਇਸ ਨਹੀਂ ਲਈ ਆਇਆ ਗਾ ਕਿ ਹਾਂ ਠੀਕ ਆ, ਤੂੰ ਵੀ ਆਪਣਾ ਹੀ ਆ ਬੰਦਾ। ਨਹੀਂ ਉਹ ਨਹੀਂ ਕੋਈ ਪ੍ਰੋਬਲਮ ਹੈਗੀ। ਲਾਈਵ ਰੋਸਟ ਗੱਲ ਕਰਨ ਦੇ ਪਤਾ ਗੱਲ ਕੀ ਗੁਰੂ ਜੀ, ਪਤਾ ਗੱਲ ਕੀ ਆ, ਮੈਂ ਨੀ ਕਹਿੰਦਾ ਹਨਾ, ਸਭ ਦਾ ਆਪਣਾ ਆਪਣਾ ਲਾਈਫ, ਆਪਣੀ ਆਪਣੇ ਮਨ ਆਪਣੇ ਮਨ ਹਨਾ। ਕੋਈ ਲੋਕੀ ਭੈਣ ਜਦੋਂ ਸਿਰ ਸਵਾਹ ਪਾ ਦਿੰਦੇ ਆ, ਹੁਣ ਆਪਾਂ ਕੀ ਕਰਨਾ, ਹੁਣ ਸਿਰ ਸਵਾਹ ਚ ਪੈ ਗਏ। ਸਿਰ ਸਵਾਹ ਤੂੰ ਨਹੀਂ ਪਾਉਣ ਡਿਆ ਮਾਮਾ, ਕੀ ਕਰਨ ਡਿਆ ਤੈਨੂੰ, ਬਾਰ ਬਾਰ ਕਹਿਣ ਡਿਆ, ਜਿਹੜੀਆਂ ਚੀਜ਼ਾਂ ਪਾਉਣ ਡਿਆ ਖਤਮ ਕਰ। ਬਾਕੀ ਨਹੀਂ ਹੁਣ ਫਰੈਸ਼ੀ ਭਰਾ ਕਿੱਥੇ ਕਹਿੰਦਾ ਕਿ shaadi.com ਤੇ ਅਕਾਊਂਟ ਬਣਾ ਇੱਕ, ਹੁਣ ਕਿੱਥੇ ਫਰੈਸ਼ੀ ਕਹਿੰਦਾ, ਫਰੈਸ਼ੀ ਕਹਿਣ ਡਿਆ ਕਿ shaadi.com ਤੇ ਅਕਾਊਂਟ ਬਣਾ ਇੱਕ, ਹਾਂ ਨਵੀਂ ਬੋਟੀ ਲੱਭ ਤੇ ਫੇਕ ਨਵੇਂ ਬਲੌਗ ਸ਼ੁਰੂ ਕਰ। ਓ ਭਰਾਵਾ ਮੈਂ ਮਰਦਾ ਮਰ ਜੂ, ਮਰਦਾ ਮਰ ਜੂ, ਹੁਣ ਨਹੀਂ ਜਾਊਂਗਾ ਇਹਨਾਂ ਕੰਮਾਂ 'ਚ। ਹਾਂ ਠੀਕ, ਹਾਂ ਮੇਰੇ ਕੋ ਡੋਰ ਹਲੇ ਨਹੀਂ ਤਾਂ ਮੈਂ ਲਪੇਟ ਰਹੀ ਸੀ ਬਹਿ ਕੇ, ਹੁਣੇ ਇਦਾਂ ਸਭ ਆਉਂਦੇ ਆ ਭੈਣ, ਸਭ ਆਉਂਦੇ ਆ, ਥੋੜਾ ਟਾਈਮ ਨਵਾਂ ਨਵਾਂ ਸਭ ਨੂੰ ਲੱਗਦਾ ਯਾਰ ਮੇਰਾ ਮਹੀਨਾ ਹੋਇਆ ਹਜੇ, ਚਿੱਲ ਕਰੋ, ਪੇਰੈਂਟਸ ਯਾਰ ਦੋਸਤ ਸਭ ਕੁਛ ਆ, ਉਹਨਾਂ ਨੂੰ ਉਹਨਾਂ ਨਾਲ ਖੁਸ਼ ਰਹੋ, ਇੰਨਾ ਸ਼ੁਕਰ ਕਰੋ ਕਿ ਹਾਂ ਜੀਦੇ ਆ, ਖੁਸ਼ ਆ, ਜ਼ਿੰਦਗੀ ਦੀ ਰੋਟੀ ਖਾਂਦੇ ਵੀ। ਨਹੀਂ ਸਹੀ ਗੱਲ ਆ, ਸੀਰੀਅਸਲੀ ਯਾਰ ਪਤਾ ਗੱਲ ਕੀ ਆ, ਬੰਦਾ ਆਪਣੇ ਯਾਰ ਦੋਸਤਾਂ ਨਾਲ ਬੈਸਟ ਰਹਿੰਦਾ ਵਾ, ਸਹੀ ਗੱਲ ਆ, ਇਹ ਗੱਲ ਮੈਂ ਮੰਨਦਾ। ਤੂੰ ਐ ਯਾਰ, ਤੇਰੇ ਯਾਰ ਦੋਸਤ ਰੋਕਦੇ ਨਹੀਂ ਤੈਨੂੰ ਕਿ ਹਾਂ ਨਾ ਲਾਈ ਵਾ, ਰੋਕਦੇ ਆ ਪਰ ਅਹੀ ਸੁਣਦੇ ਪਏ ਨਾ ਮੇਰੀ ਆਵਾਜ਼ ਬਾਈ, ਅੱਗੇ ਤਾਂ ਹੋਗੇ ਤੇ ਗਿੱਚੀ ਚ ਸਿੱਟੀ ਹੋਇਆ ਇੱਕ, ਨਹੀਂ ਕੋਈ ਨਾ ਨਹੀਂ ਨਹੀਂ ਆਪਾਂ ਕਰਨਾ ਏ ਗੁਰੂ ਜੀ ਹੁਣ ਦਿਮਾਗ ਸੈੱਟ ਕਰਨਾ ਬੜਾ, ਪਤਾ ਗੱਲ ਕੀ ਆ, ਜਿਹਦੇ ਪਿੱਛੇ ਆਪਾਂ ਕਲਪਦੇ ਹੋਈਏ ਨਾ, ਜਦੋਂ ਉਹਨੂੰ ਕੋਈ ਪਰਵਾਹ ਨਾ ਹੋਵੇ ਫਿਰ ਕੀ ਕਰ ਸਕਦੇ ਆ। ਵੈਸੇ ਗੱਲ ਤਾਂ ਸਹੀ ਆ, ਹਮਟੀ ਨੇ ਲਿਖਿਆ ਕਹਿੰਦਾ ਇੱਕ ਰੋਸਟਰ ਕਰਨ ਦਿੱਤਾ ਉਹਨੂੰ ਮੇਰਾ ਇਹ ਰਿਪਲਾਈ, ਫਿਊ ਮੂਮੈਂਟਸ ਲੇਟਰ ਕਰਨ ਗੁਰੂ ਜੀ ਨੇ, ਚੱਲ ਛੱਡ ਤੂੰ ਸਾਰਾ ਸਵਾਦ ਲੈਣ ਬੈਠਾ, ਹਮਟੀ ਬੈਠਾ, ਫਰੈਸ਼ੀ ਸਭ ਬੈਠੇ ਆ, ਪਤਾ ਗੱਲ ਕੀ ਆ, ਸਭ ਦਾ ਆਪਣਾ ਆਪਣਾ ਕੰਟੈਂਟ ਹੈਗਾ ਵਾ ਹਨਾ, ਆਪਾਂ ਨੂੰ ਕੀ ਆ ਹੈ, ਬਾਕੀ ਸਭ ਦਾ ਮੈਂ ਕਿਹਾ ਆਪਣਾ ਆਪਣਾ ਕੋਈ ਕੋਈ ਦਾ ਲੱਗੇ ਕਿ ਵੀਕਨੈਸ ਜਾਂ ਕੁਛ ਵੀ ਇਦਾਂ ਦਾ ਤੁਸੀਂ ਦੱਸੀ, ਸਭ ਹੱਲ ਹੈਗੇ ਆਪਣੇ ਕੋ, ਕੋਈ ਚੱਕਰ ਬੰਦਿਆਂ ਤੋਂ ਲੈ ਕੇ ਹਕੀਮਾਂ ਤੱਕ ਸਭ ਜਾਣਦੇ ਆ। ਠੀਕ ਹੈ ਜੀ, ਕੋਈ ਨਹੀਂ, ਜਲੰਧਰ ਵੀ ਆਏ ਖੜੇ, ਕੋਈ ਨਹੀਂ, ਆਓ ਆਓ ਮਿਲਦੇ ਹਾਂ, ਆਓ ਠੀਕ ਹੈ, ਚੱਲ ਹੁਣ ਇਦਾਂ ਕਰੀ, ਹੁਣ ਬੰਦ ਕਰਦੀ ਆਪਣਾ ਲਾਈਵ ਤੇ ਸੋ ਜੀ ਆਰਾਮ ਨਾਲ, ਬਾ ਬਾਸ ਹੋ ਗਿਆ ਥੋੜੀ ਜਿਹਾ ਤੱਕ, ਲਾਈਵ ਬੰਦ ਕਰਦੀ ਤੇ ਆਪਣੇ ਚਿੱਲ ਕਰੋ, ਬਾਕੀ ਕੋਈ ਨਾ ਅਗਲਾ ਰੋਸਟ ਵੀਡੀਓ ਦੇ ਉੱਤੇ ਛੇਤੀ ਬਣਾਉਣਾ, ਵਲੌਗ ਪਾ ਕੇ ਬਣਾਉਣਾ ਮੈਂ, ਉਦਾਂ ਦੀ ਰੀਲਾਂ ਹੀ ਚੱਕੀਆਂ ਹਜੇ ਮੈਂ 5-6, ਉਹ ਨਵੀਂ ਵਲੌਗ ਚ ਐਡਿਟ ਕਰੂੰਗਾ ਪਾਉਂਗਾ ਹਜੇ, ਹਲੇ ਹੋਰ ਪਾਣੀ ਸੀ ਮੈਂ ਉਹ ਵਾਲੀ ਚੁੱਕਣੀ ਸੀ, ਸੋਹਣਾ ਬੰਨਣ ਦਾ ਹੁਣ ਨੰਗਾ ਹੋ ਕੇ ਖਾਣਾ, ਗੰਦ ਤਾਂ ਪਾਤਾ ਸਰ, ਹੁਣ ਨੰਗਾ ਹੋਣਾ ਰਹਿ ਗਿਆ ਬਸ, ਕਿਹੜਾ ਮੈਂ ਕਿਹਾ ਗੰਦ ਤਾਂ ਪਾਈਏ ਨਾ, ਕੀ ਸੇਟਾ ਸੂਟਾਂ ਜੀਆਂ ਪਾਈਏ ਨਾ, ਨੰਗਾ ਹੋਣਾ ਰਹਿ ਗਿਆ ਬਸ, ਹੁਣ ਓ ਨਾ ਵਾ ਜਲੂਸ ਨਿਕਲੂਗਾ ਮਮਾ, ਜਲੂਸ ਨਾ ਵਾ, ਫਿਰ ਕੀ ਆ, ਉਹਨੂੰ ਜਾ ਕੇ ਡਿਲੀਟ ਕਰ ਦੇ, ਉਹਨੂੰ ਜਾ ਕੇ ਡਿਲੀਟ ਕਰ ਦੇ, ਕਿਹੜੀ ਜੋ ਆ ਪਾਉਂਡਿਆ ਸੇਟਾ ਸੂਟਾਂ ਜੀਆਂ ਡਿਲੀਟ ਕਰ ਦੀ ਬਹਿ ਕੇ, ਨਹੀਂ ਪਤਾ ਗੱਲ ਕੀ ਆ, ਠੀਕ ਆ ਕੋਈ ਨੀ, ਉਹ ਤਾਂ ਚਲੋ ਚੱਲਦੀਆਂ ਰਹਿਣੀਆਂ, ਕੋਈ ਨੀ ਹਨਾ, ਐਦਾਂ ਕਰ ਜਲੰਧਰ ਆਣਾ, ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਜਲੰਧਰ ਆਣਾ ਮੇਰੇ ਕੋਲ ਬੈਠੀ, ਤੈਨੂੰ ਲਾਈਵ ਰੋਸਟ ਕਰਾਂਗੇ ਬਹਿ ਕੇ, ਉਦੋਂ ਹਾਸਾ ਮਿਆ ਕਰਾਂਗੇ, ਜ਼ਰੂਰ ਜ਼ਰੂਰ, ਚੱਲ ਮੇਰੇ ਵੀਰ ਖਿਆਲ ਰੱਖ, ਓਕੇ ਚੰਗਾ ਚੱਕਰ ਨਾ, ਓਕੇ, ਬਾਕੀ ਜਿਹੜੇ ਆਪਣੇ ਬੈਠੇ ਆ ਲਵ ਯੂ ਸਾਰਿਆਂ ਨੂੰ, ਜਿਹੜੇ ਤੁਸੀਂ ਟਾਈਮ ਦੇ ਰਹੇ ਹੋ ਉੱਥੇ, ਤੇ ਸੋ ਜਾਓ ਤੁਸੀਂ ਵੀ, ਜਾਂ ਮੈਂ ਉਹਨਾਂ ਲਾਈਵ ਗੱਲਾਂ ਬਾਤਾਂ ਕਰਦੇ ਆ ਜਾਓ, ਸੋਏ ਸੋਏ ਨੀਂਦ ਆਈ ਹੋਣੀ ਸਾਰਿਆਂ ਨੂੰ, ਆਪਾਂ ਨੂੰ ਵੀ ਆਈ ਦੀ ਹੈ।